Oh, thank you, Nabi. No, 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 no. Ready, steady. Very steady, go. बचपन में याद है वो कैमरा लेके आते थे तस्वीरें खींचने के लिए, क्योंकि तब फोन आम नहीं होते थे, ना फोन आम होते थे ना कैमरे आम होते थे, आम यानी कि गरीब घरों में नहीं होते थे। तो बचपन में जब क्रिसमस आना ईस्टर आना तो तस्वीरें खिंचवानी, वो बंदा कहता था ऐसे सीधे खड़े हो जाओ, रेडी स्टडी गो। आई बागट है लेकिन वो जान दो यार, फोन आने लग पे। ਚੌਵੀ ਤੱਕ ਨਾ ਕਰ ਦਿੰਦੇ ਨਾ ਅਗਲੇ, ਸਮਝੋ ਕਿ ਇਹਨਾਂ ਦਾ ਕਲੀਅਰ ਹੋ ਜਾਏ ਇੱਕ ਪਲੇਅਰ, ਉਸ ਤੋਂ ਬਾਅਦ ਪਿਛਾ ਫਿਰ 12 ਦੇ ਰਾਏ। ਯਾਰ ਕੱਲ੍ਹ ਵੀ ਆਪਾਂ ਗਏ ਉੱਥੋਂ ਜੋ ਉਧਰ ਹੀ ਵੇਖ ਲੈਂਦੇ ਯਾਰ, मैं जंगल का लाइन हूँ, नहीं तो फोदू बैठे। अच्छा अमलतीन जी, तुम फोन फड़ के चलाओ, तुम कोई टेंशन नहीं, जो तुम फोन उस खरीदना होगा ना ताकि वो नज़र और होगी ਇੰਜ ਖੋਲੇ ਕਦੇ ਸੈਟਿੰਗ ਖੋਲੇ ਕਰ ਕਹਿੰਦਾ ਇਹ ਤੇ 8128 ਚ ਮੈਂ ਹਾਂਜੀ ਲੈਂਦੇ ਮੈਂ ਹੋਰ 250 ਤਾਂ ਨਹੀਂ ਹੈਗਾ। ਚਲੋ ਅੱਛਾ 56 ਸਮਝ ਰਿਹਾ ਸੀ, ਹਾਂ ਤਸੱਲੀ ਪੂਰੀ ਕਰਦਾ ਹੋਣਾ। ਆਹੋ ਓ ਬੈਂਕੋ ਨਾ ਵੀ ਨਾ 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 ਇੱਧਰ ਆ ਵੇ, ਤੂੰ ਜੈਕਟ ਪਾਈ ਇੱਧਰ ਕਰ ਦੇ ਇਸ ਗਮੌਲ ਤੇ। ਵਾਹ ਜੀ ਵਾਹ ਵਾਹ, रीच लग रहा रीच। इसकी जैकेट बनवानी है स्पेशल, सर्दी नहीं लगेगी। ਚ
ਚੋ ਲਿਸਟ ਦੇ ਵਿੱਚ ਪਤਾ ਲੱਗਦਾ ਵੀ ਕਿਹੜੇ ਕਿਹੜੇ ਬੰਦੇ ਦੀ ਆ ਗਈ ਕਿਹੜੇ ਦੇ ਰਹਿ ਗਈ ਕਿਸ਼ਤ ਕਿਹੜੀ ਲਿਸਟ ਜਿਹੜੀ ਉਹਨਾਂ ਮਰਕਾ ਭੇਜੀ ਹੈ ਆ ਉਹ ਤਾਂ ਮੈਨੂੰ ਪਤਾ ਨਾ ਪਰ ਉਹਨਾਂ ਨੂੰ ਪਤਾ ਨਾ ਉਹਨਾਂ ਨੂੰ ਦੱਸਾਂਗੇ ਇੰਨੇ ਬੰਦੇ ਦਾ ਆ ਗਿਆ ਹੈ ਉਧਰ ਪੈਰ ਚ ਬੜੇ ਉਹ ਯੇ ਤਾਂ ਪਰਿੰਦਾ ਬਣਾ ਹੈ ਯੇ ਦੇਖ ਉਹ ਬਣ ਐਸੀ ਉੱਡੇਗਾ ਬਾਜ਼ ਬਣਾ ਕੰਦਾ ਬਾਜ਼ ਬਣ ਬਾਜ਼ ਵੈਸੇ ਤੂੰ ਪਕੜੋ ਬੈਸ਼ਪੁਰ ਦੁਬਾਰਾ ਪਕੜੋ ਤੇਰਾ ਯੇ ਇਸਕੀ ਪਿੱਛੇ ਟੇਲ ਹੈ ਹਾਂ ਤੇ ਯੇ ਇਸਕੇ ਪਰ ਹੈ ਉਡਾਓ ਇਸੇ ਉਡਾਓ ਵਾਹ ਤੁਹਾਨੂੰ ਪਤਾ ਹੀ ਨਹੀਂ ਪਰਿੰਦਾ ਬਾਹਰ ਨਿਕਲਿਆ ਹੈ ਪਰਿੰਦਾ ਯਾਰ ਆ ਵੇਖੀ ਨਾ ਕੀ ਬੰਦਾ ਕਾ ਮੇਰੇ ਕੋਲ ਬੱਕਰੀਆਂ ਫੁੱਟੀਆਂ ਹਨ ਯਾਰ ਉਹ ਤੇਰੇ ਮੂੰਹ ਤੇ ਕੁਛ ਐ ਲੱਗੇ ਸਟਾਲ ਲਈ इसके नीचे साफ बेंचिंग बेंचिंग किसको बोलते हैं क्या बात है नीट एंड क्लीन अंडर द रोड ये थे कुंडा लाया ना थले ओ वे चेक कर लेना देखा ये हम जरूरत ही नहीं थी यार है सिर्फ दो कुंडे ला देंगे बस इतने दो ही बड़े ये छोटा प्रॉब्लम थोड़ी मेहनत करनी पड़ेगी घट मेहनत हो जाए एक और फ्रोक है ਪਹਿਲੇ ਕਹਿ ਰਿਹਾ ਜਿਹੜਾ ਟੁੱਟ ਡੁੱਲ ਹੋ ਗਿਆ ਕੰਮ ਤੇ ਧਿਆਨ ਨਹੀਂ ਨਾ ਮਤਲਬ ਜਾ ਰਿਹਾ ਚੰਪਿੰਗ ਪਾ ਰਹਾ ਬੱਕਰੇ ਕੀ
ਬੜੇ ਬੜੇ ਨੀਡ ਅੰਦਰੋਂ ਬੇਸ਼ੱਕ ਭਾਵੇਂ ਜੜਾ ਹੀ ਨੇ ਵਿੱਚ ਲੇਕਿਨ ਉਹ ਚੋਕੋ ਤਾਂ ਜਿਹੜਾ ਨਿਕਲ ਜਾਂਦੇ ਜ਼ਿਆਦਾ ਸੀ ਉਹ ਡਾਇਵਰਟ ਹੋ ਗਿਆ।